ਗੁਰਸਿੱਖ ਦੇ ਜੀਵਨ ਵਿੱਚ ਵਿਚਾਰ ਵੀ ਜ਼ਰੂਰੀ ਹੈ ਤੇ ਦਸਮ ਪਾਤਸ਼ਾਹ ਨੇ ਗੁਰਸਿੱਖ ਨੂੰ ਹਥਿਆਰ ਵੀ ਦਿੱਤਾ ਹੈ। ਵਿਚਾਰ ਦੀ ਆਪਣੀ ਥਾਂ ਹੈ, ਹਥਿਆਰ ਦੀ ਆਪਣੀ ਥਾਂ ਹੈ। ਜਿੱਥੇ ਵਿਚਾਰ ਨਹੀਂ ਕੰਮ ਕਰਦੀ ਉੱਥੇ ਹਥਿਆਰ ਕੰਮ ਕਰਦਾ। ਕੁੱਤਾ ਤੁਹਾਨੂੰ ਵੱਢਣ ਪੈ ਜੇ ਉਹਦੇ ਨਾਲ ਵਿਚਾਰ ਕਰੋਗੇ? ਬੋਲੋ ਵਾਹਿਗੁਰੂ, ਕੀ ਵਿਚਾਰ ਕਰੋਗੇ? ਉਹਨਾਂ ਹਲਕਿਆ ਹੋਇਆ ਕੁੱਤਾ ਤੁਹਾਨੂੰ ਵੱਢਣ ਪੈ ਗਿਆ ਤੇ ਤੁਸੀਂ ਕਹੋਗੇ ਮੈਂ ਵਿਚਾਰ ਕਰਨਾ ਤੇਰੇ ਨਾਲ? ਉੱਥੇ ਸ਼ਸਤਰ ਦੀ ਲੋੜ ਹੈ, ਉੱਥੇ ਹਥਿਆਰ ਦੀ ਲੋੜ ਹੈ। ਅੱਜ ਸੜਦੀ ਹੋਈ ਦਿੱਲੀ ਤੁਹਾਨੂੰ ਸੁਨੇਹਾ ਦੇ ਰਹੀ ਹੈ, ਖਾਲਸਾ ਜੀ ਅੰਮ੍ਰਿਤ ਛਕੋ। ਜੋ ਬਾਜਾਂ ਵਾਲੇ ਨੇ ਰਹਿਤ ਦੱਸੀ ਹੈ, ਪੰਜ ਕਕਾਰੀ ਰਹਿਤ ਦੱਸੋ, ਸ਼ਸਤਰਧਾਰੀ ਹੋਵੋ। ਅੱਜ ਪੜੋਸੀਆਂ ਦੇ ਘਰ ਜੋ ਹੋਇਆ ਕੱਲ੍ਹ ਨੂੰ ਤੁਹਾਡੇ ਘਰ ਵੀ ਹੋਣਾ ਹੈ। ਜਾਗਦੇ ਰਿਹਾ ਜੇ, ਸ਼ਸਤਰਧਾਰੀ ਕੌਮ ਹੈ ਸਾਡੀ, ਧਿਆਨ ਦੇਣਾ। ਇਹ ਗਹਿਣੇ ਨੇ ਸਾਡੇ, ਇਹ ਗਹਿਣੇ ਨੇ ਸਾਡੇ। ਦਸਮ ਪਾਤਸ਼ਾਹ ਨੇ ਸਰਬੰਸ ਕੁਰਬਾਨ ਕਰਕੇ ਇਹ ਗਹਿਣੇ ਸਾਨੂੰ ਦਿੱਤੇ ਆ, ਧਿਆਨ ਰੱਖਣਾ। ਵਿਚਾਰ ਕੀ ਕਰ ਰਹੇ ਸੀ ਆਪਾਂ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ, ਤੀਸਰੇ ਸਾਹਿਬਜ਼ਾਦੇ ਦਾ ਗੁਣ, ਜੂਝਣ ਦਾ ਗੁਣ, ਜ਼ੋਰ ਦਾ ਗੁਣ, ਸ਼ਕਤੀ ਜਿਹੜੀ ਹੈ ਨਾ, ਉਹ ਮੈਂ ਖਾਲਸੇ ਨੂੰ ਦੇ ਦੇਣੀ ਹੈ। ਤੇ ਇਹ ਤਿੰਨੇ ਗੁਣਾਂ ਨੂੰ ਪਾ ਕੇ ਖਾਲਸਾ ਫਤਿਹ ਦਾ ਹੱਕਦਾਰ ਬਣ ਜਾਏਗਾ। ਪਰ ਮਾਂ ਯਾਦ ਰੱਖੀ, ਖਾਲਸਾ ਹਰ ਮੈਦਾਨ ਵਿੱਚ ਫਤਿਹ ਪਾਏਗਾ, ਪਰ ਕਦੇ ਇਹ ਨਹੀਂ ਆਖੇਗਾ ਕਿ ਫਤਿਹ ਮੈਂ ਪਾਈ ਹੈ। ਉਹ ਕੀ ਆਖੇਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।